ਗੁੱਡ ਮਾਰਨਿੰਗ ਸਟੂਡੈਂਟਸ ਆਸ ਕਰਦੇ ਹਾਂ ਤੁਸੀਂ ਘਰ ਵਿੱਚ ਰਹਿ ਕੇ ਆਪਣੀ ਪੜ੍ਹਾਈ ਵਧੀਆ ਤਰੀਕੇ ਨਾਲ ਕਰ ਰਹੇ ਹੋਗੇ ਅਤੇ ਪੰਜਾਬ ਅਚੀਵਮੈਂਟ ਸਰਵੇ ਦੀ ਤਿਆਰੀ ਲਈ ਜੋ ਅਭਿਆਸ ਸ਼ੀਟਾਂ ਭੇਜੀ ਜਾਂਦੀਆਂ ਹਨ ਉਹਨਾਂ ਨੂੰ ਵੀ ਜ਼ਰੂਰ ਪ੍ਰੈਕਟਿਸ ਕਰਿਆ ਕਰੋ ਤੁਹਾਡੀ ਹੈਲਪ ਵਾਸਤੇ ਅਸੀਂ ਉਸ ਪ੍ਰੈਕਟਿਸ ਸ਼ੀਟ ਨੂੰ ਸੋਲਵ ਕਰਕੇ ਵੀਡੀਓ ਤਿਆਰ ਕੀਤੀ ਆ ਅੱਜ ਅਸੀਂ ਅਭਿਆਸ ਸ਼ੀਟ 52 ਨੂੰ ਸੋਲਵ ਕਰਾਂਗੇ ਤੇ ਆਓ ਸ਼ੁਰੂ ਕਰਦੇ ਹਾਂ ਜੀ ਇਹ ਅੱਜ ਦੀ ਅਭਿਆਸ ਸ਼ੀਟ 52 ਹੈ ਸਭ ਤੋਂ ਪਹਿਲਾਂ ਸਾਨੂੰ ਪੰਜਾਬੀ ਦਾ ਪੈਰਾ ਦਿੱਤਾ ਗਿਆ ਹੈ ਜੇ ਤੁਸੀਂ ਪੈਰੇ ਨੂੰ ਨਹੀਂ ਪੜਿਆ ਤੇ ਵੀਡੀਓ ਨੂੰ ਸਟਾਪ ਕਰਕੇ ਪੜ ਸਕਦੇ ਜੀ ਫਿਰ ਕੁਐਸਚਨਸ ਨੂੰ ਅਟੈਂਪਟ ਕਰਨਾ ਆ ਜੀ ਪੈਰੇ ਨੂੰ ਪੜਨ ਤੋਂ ਬਾਅਦ ਹੁਣ ਕੁਐਸਚਨਸ ਦੇਖ ਲੈਣੇ ਆ ਪਹਿਲਾ ਹੈਗਾ ਸਾਨੂੰ ਚੰਗਾ ਜਾਂ ਮਾੜਾ ਕੌਣ ਬਣਾਉਂਦਾ ਹੈ ਆਪਸ਼ਨ ਦਿੱਤੇ ਗਿਆ ਰੱਬ ਸਾਡਾ ਵਿਵਹਾਰ ਲੋਕ ਬੱਚੇ ਤੇ ਪੈਰੇ ਦੇ ਮੁਤਾਬਕ ਜੋ ਸਾਡਾ ਸਹੀ ਆਨਸਰ ਬੰਦਾ ਹੈ ਉਹ ਆ ਸਾਡਾ ਵਿਵਹਾਰ ਇਹਦਾ ਆਪਸ਼ਨ ਸਾਡਾ ਸਹੀ ਆਨਸਰ ਹੋਏਗਾ ਨੈਕਸਟ ਕੁਐਸਚਨ ਹੈ ਕਦਰ ਤੋਂ ਕੀ ਭਾਵ ਹੈ অপਸ਼ਨਸ ਹੈ ਸਤਕਾਰ ਖੁਸ਼ੀ ਵਿਰੋਧ ਸੁੰਦਰਤਾ ਤੇ ਕਦਰ ਦਾ ਮਤਲਬ ਹੈਗਾ ਜੀ ਸਤਕਾਰ ਉਹਦਾ ਆਪਸ਼ਨ ਸਾਡਾ ਸਹੀ ਆਨਸਰ ਹੋਏਗਾ ਨੈਕਸਟ ਹੈ ਡੈਸ਼ ਵਿੱਚ ਰਹਿੰਦੇ ਅਸੀਂ ਬਹੁਤ ਕੁਝ ਸਿੱਖਦੇ ਹਾਂ অপਸ਼ਨਸ ਹੈ ਵਹਿੜੇ ਕਮਰੇ ਸਮਾਜ ਬਰਾਂਡੇ ਤੇ ਪਹਿਰੇ ਦੇ ਮੁਤਾਬਕ ਜਿਹਦਾ ਸਹੀ ਆਨਸਰ ਹੈ ਉਹ ਹੋਏਗਾ ਸਮਾਜ ਈਡੀ ਆਪਸ਼ਨ ਸਾਡਾ ਸਹੀ ਆਨਸਰ ਹੈ। ਨੈਕਸਟ ਕੁਐਸਚਨ ਦੇਖਦੇ ਆ। ਸਹੀ ਵਾਕ ਦੀ ਚੋਣ ਕਰੋ। ਜੀ ਵਾਕ ਦੀ ਬਣਤਰ ਦੇ ਅਨੁਸਾਰ ਅਸੀਂ ਸਹੀ ਚੁਣਨਾ ਹੈ ਕਿਹੜਾ ਵਾਕ ਸਹੀ ਹੋਏਗਾ। ਆਪਸ਼ਨਸ ਤਿੰਨ ਆਇਆ। ਸਾਨੂੰ ਦੂਜੀ ਦੇ ਕੰਮ ਆਉਣਾ ਚਾਹੀਦੀ ਹੈ। ਸਾਨੂੰ ਦੂਜਿਆਂ ਦੇ ਕੰਮ ਆਉਣਾ ਚਾਹੀਦਾ ਹੈ। ਸਾਨੂੰ ਹੈ ਚਾਹੀਦਾ ਦੂਜਿਆਂ ਦੇ ਕੰਮ ਆਉਣਾ। ਸਾਨੂੰ ਦੂਜਿਆਂ ਦੀ ਕੰਮ ਕੰਮ ਆਉਣਾ। ਜਾ ਆਉਣਾ ਹੈ ਚਾਹੀਦਾ ਤੇ ਜੋ ਸਹੀ ਵਾਕ ਬਣ ਰਿਹਾ ਆ ਉਹ ਹੈਗਾ ਆ ਇਹਦਾ ਆਪਸ਼ਨ ਸਾਨੂੰ ਦੂਜਿਆਂ ਦੇ ਕੰਮ ਆਉਣਾ ਚਾਹੀਦਾ ਹੈ ਨੈਕਸਟ ਕੁਐਸਚਨ ਅਸੀਂ ਖੁਰਾਕ ਦਾ ਕੀ ਕਰਦੇ ਹਾਂ ਪਹਿਨਦੇ ਹਾਂ ਖਾਂਦੇ ਹਾਂ ਬੁੰਨਦੇ ਹਾਂ ਸਿੱਖਦੇ ਹਾਂ ਤੇ ਖੁਰਾਕ ਖਾਣ ਦੀ ਚੀਜ਼ ਇਹਦਾ ਆਪਸ਼ਨ ਸਾਡਾ ਸਹੀ ਆਨਸਰ ਹੋਏਗਾ ਨੈਕਸਟ ਸਾਡੇ ਕੋਲ ਗਣਿਤ ਵਿਸ਼ੇ ਦੇ ਕੁਐਸਚਨ ਹੈ ਅੱਗੇ ਪਹਿਲਾ ਯਾ ਚਿੱਤਰ ਦੇਖ ਕੇ ਖਾਲੀ ਥਾਂ ਭਰੋ ਤੇ ਸਾਨੂੰ ਚਿੱਤਰ ਦੇ ਵਿੱਚ ਕੀ ਦਿਖਾਇਆ ਗਿਆ ਹੈ ਕਿ 5 ਗੁਬਾਰੇ ਦਿੱਤੇ ਗਏ ਸੀ ਤੇ ਬਾਅਦ ਵਿੱਚ 50 ਗੁਬਾਰਿਆਂ ਨੂੰ 5 ਬੱਚਿਆਂ ਦੇ ਵਿੱਚ ਵੰਡ ਦਿੱਤਾ ਗਿਆ ਹੈ ਤੇ ਨਾਲ ਹੀ ਸਾਨੂੰ ਜੋ ਉੱਤੇ ਲਿਖਿਆ ਵੀ ਗਿਆ ਹੈ ਕਿ 5 ਭਾਗ 5 ਤੇ ਇਹਦਾ ਆਨਸਰ ਅਸੀਂ ਲੱਭਣਾ ਹੈ ਸਿਰਫ ਤੇ 5 ਨੂੰ 5 ਨਾਲ ਭਾਗ ਕਰਨ ਤੇ ਕੀ ਆਏਗਾ ਸਾਡਾ ਆਨਸਰ ਉੜਾ ਆਪਸ਼ਨ 1 ਨੈਕਸਟ ਕੁਐਸਚਨ ਦੇਖਦੇ ਆਂ ਜੇਕਰ ਸਕੂਲ ਦੇ ਗੇਟ ਤੋਂ ਤੁਹਾਡੀ ਜਮਾਤ 35 ਕਦਮਾਂ ਦੀ ਦੂਰੀ ਤੇ ਹੈ ਅਤੇ ਤੁਸੀਂ 25 ਕਦਮ ਚੱਲ ਚੁੱਕੇ ਹੋ ਤਾਂ ਤੁਸੀਂ ਜਮਾਤ ਤੱਕ ਪਹੁੰਚਣ ਲਈ ਹੋਰ ਕਿੰਨੇ ਕਦਮ ਚੱਲੋਗੇ ਜੀ ਆ ਕਾਫੀ ਆਸਾਨ ਹੀ ਸਿਰਫ ਘਟਾਓ ਦਾ ਕੁਐਸਚਨ ਹੈ 35 ਕਦਮ ਚੱਲ ਚੁੱਕੇ ਜੀ ਤੇ ਆ ਸੌਰੀ 25 ਕਦਮ ਚੱਲ ਚੁੱਕੇ 35 ਕਦਮ ਚਲਣਾ ਸੀ ਇਹਨੂੰ ਸਿਰਫ ਘਟਾਓ ਕਰਕੇ ਦੇਖ ਲੈਣਾ ਹੈ ਤੁਸੀਂ 35 ਘਟਾਓ 25 ਕੀ ਆਨਸਰ ਆਏਗਾ ਉਹ ਤੁਸੀਂ ਦੇਖਣਾ ਹੈ ਇਹਦਾ ਵੈਸੇ ਆਨਸਰ ਤੁਹਾਡਾ ਹੋਏਗਾ ਐਡ ਆਪਸ਼ਨ 10 ਕਦਮ ਨੈਕਸਟ ਹੈ ਹੇਠਾਂ ਦਿੱਤੀਆਂ ਤਸਵੀਰਾਂ ਦੇਖ ਕੇ ਦੱਸੋ ਕਿ ਮومی ਰੰਗ ਦੀ ਲੰਬਾਈ ਪੈਨ ਦੀ ਲੰਬਾਈ ਤੋਂ ਕਿੰਨੇ ਸੈਂਟੀਮੀਟਰ ਘੱਟ ਹੈ ਤੇ ਸਾਡੇ ਕੋਲ ਇੱਥੇ ਮومی ਰੰਗ ਦੀ ਲੰਬਾਈ ਕਿੰਨੀ ਦਿੱਤੀ ਗਈ ਆ 8 ਸੈਂਟੀਮੀਟਰ ਔਰ ਪੈਨ ਦੀ ਲੰਬਾਈ ਕਿੰਨੀ ਦਿੱਤੀ ਗਈ ਆ 11 ਸੈਂਟੀਮੀਟਰ ਹੁਣ ਅਸੀਂ ਇਹਨਾਂ ਦਾ ਅੰਤਰ ਦੇਖਣਾ ਹੈ ਕਿ ਜੋ ਰੰਗ ਦੀ ਲੰਬਾਈ ਆ ਉਹ ਪੈਨ ਦੀ ਲੰਬਾਈ ਤੋਂ ਕਿੰਨੀ ਘੱਟ ਆ ਤੇ ਇਹਦਾ ਇਹ ਵੀ ਘਟਾਓ ਦਾ ਕੁਐਸਚਨ ਬਣ ਰਿਹਾ ਹੈ ਸਿੰਪਲ 11 ਘਟਾਓ 8 ਇਹ ਤੁਸੀਂ ਕਰਕੇ ਦੇਖਣਾ ਹੈ ਅਨਸਰ ਜੇ ਤੁਹਾਡਾ ਆਏਗਾ ਉਹ ਹੈਗਾ ਯਾ ਐਡਾ ਆਪਸ਼ਨ 3 ਸੈਂਟੀਮੀਟਰ ਨੈਕਸਟ ਕੁਐਸਚਨ ਇੱਕ ਬੋਤਲ ਦਿਖਾਈ ਗਈ ਆ ਬੋਤਲ ਦੀ ਧਾਰਨ ਸਮਰੱਥਾ 2 ਲੀਟਰ ਹੈ ਹੇਠਾਂ ਦਿੱਤੀਆਂ ਵਸਤੂਆਂ ਵਿੱਚੋਂ ਕਿਸ ਵਸਤੂ ਦੀ ਧਾਰਨ ਸਮਰੱਥਾ ਬੋਤਲ ਦੀ ਧਾਰਨ ਸਮਰੱਥਾ ਤੋਂ ਵੱਧ ਹੈ ਆਪਸ਼ਨਸ ਦੇ ਵਿੱਚ ਸਾਨੂੰ ਗਲਾਸ ਕੋਲੀ ਟੱਬ ਤੇ ਚਮਚ ਦਿਖਾਏ ਗਏ ਆ ਹੁਣ 2 ਲੀਟਰ ਦੀ ਬੋਤਲ ਨਾਲੋਂ ਜ਼ਿਆਦਾ ਧਾਰਨ ਸਮਰੱਥਾ ਕਿਹੜੀ ਚੀਜ਼ ਦੀ ਹੋ ਸਕਦੀ ਹੈ ਇਨ੍ਹਾਂ ਚਾਰ ਚੀਜ਼ਾਂ ਦੇ ਵਿੱਚੋਂ ਤੇ ਉਹ ਸਿੰਪਲੀਆ ਕਿ ਇਹੇ ਆਪਸ਼ਨ ਟੱਬ ਦੀ ਜ਼ਿਆਦਾ ਹੋ ਸਕਦੀ ਹੈ ਗਲਾਸ ਕੋਲੀ ਚਮਚ ਇਹਨਾਂ ਦੀ ਧਾਰਨ ਸਮਰੱਥਾ 2 ਲੀਟਰ ਤੋਂ ਕਾਫੀ ਘੱਟ ਹੀ ਹੁੰਦੀ ਹੈ ਨੈਕਸਟ ਕੁਐਸਚਨ ਹੈ ਹੇਠਾਂ ਦਿੱਤੀ ਸਾਰਣੀ ਤੀਸਰੀ ਜਮਾਤ ਦੇ ਬੱਚਿਆਂ ਦੀਆਂ ਮਨਪਸੰਦ ਖੇਡਾਂ ਨੂੰ ਦਰਸਾਉਂਦੀ ਹੈ ਖੋਖੋ ਨੂੰ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਕਿੰਨੀ ਹੈ ਜੀ ਮਿਲਾਨ ਚਿੰਨਾਵਾਂ ਲਗਾ ਕੇ ਸਾਨੂੰ ਸਾਰਣੀ ਦਿੱਤੀ ਗਈ ਆ ਤੇ ਖੋਖੋ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਅਸੀਂ ਦੱਸਣੀ ਆ ਕਿੰਨੀ ਗਿਣਤੀ ਆ ਤੇ ਤੁਹਾਨੂੰ ਪਹਿਲਾਂ ਵੀ ਦੱਸਿਆ ਜਾ ਚੁੱਕਿਆ ਆ ਕਿ ਇੱਕ ਇਸ ਤਰ੍ਹਾਂ ਜਦੋਂ ਚਾਰ ਲਾਈਨਾਂ ਲਗਾ ਕੇ ਪੰਜਵੀਂ ਲਾਈਨ ਘਾਟਵੀਂ ਲਗਾਈ ਜਾਂਦੀ ਆ ਇਹ ਮਤਲਬ ਪੰਜ ਦੇ ਸੰਖਿਆਨੰਤਰਸਾ ਹੁੰਦਾ ਆ ਤੇ ਉਸ ਤੋਂ ਬਾਅਦ ਹੁਣ ਅਸੀਂ ਦੇਖ ਸਕਦੇ ਆ ਕਿ ਪੰਜ ਪੰਜ ਦੇ ਦੋ ਜੋੜੇ ਬਣੇ ਹੋਏ ਆ ਪੰਜ ਤੇ ਪੰਜ 10 10 ਤੇ ਦੋ ਦੋ ਸਿੱਧੀਆਂ ਲਾਈਨਾਂ ਲੱਗੀਆਂ ਹੋਈਆਂ ਆ ਇਸ ਕਰਕੇ ਉਹਨਾਂ ਨੂੰ ਵੀ ਨਾਲ ਗਿਣਾਂਗੇ 10 ਤੇ ਦੋ 12 اس ਕਰਕੇ ਖੂ ਖੂਪ ਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਹੋ ਗਈ 12 ਉੜਾ ਆਪਸ਼ਨ ਸਾਡਾ ਸਹੀ ਆਨਸਰ ਹੋਏਗਾ ਨੈਕਸਟ ਸਾਡੇ ਕੋਲ ਇੰਗਲਿਸ਼ ਦਾ ਪੈਰਾਗ੍ਰਾਫ ਹੈ ਅੱਜ ਦਾ ਤੁਹਾਡੀ ਹੈਲਪ ਵਾਸਤੇ ਇਹਨੂੰ ਨਾਲ ਪੜ੍ਹਦੇ ਹਾਂ ਅਸੀਂ ਤੁਸੀਂ ਵੀ ਨਾਲ ਪੜ੍ਹਨਾ ਹੈ ਰੀਆ ਵਾਸ 9 ইয়ার্স ওল্ড গারਲ ওয়ান ডে শি ওয়াজ ਅਲੋਨ ਐਟ হোম ਹਰ ਪੈਰੈਂਟਸ হ্যাড ਗੋਨ ਟੂ ਅ ਪਾਰਟੀ শি ওয়াজ ਰੀਡਿੰਗ ਅ ਬੁੱਕ ਐਂਡ ਸਡਨਲੀ দ্য ਲਾਈਟ হ্যাড ਗੋਨ শি ਹਰਡ ਅ ਲਿਟਲ ਨੌਇਸ ਆਊਟਸਾਈਡ দ্য ਗੇਟ ਆਫ ਹਰ ਹਾਊਸ the doorbell rang she was very afraid afraid very slowly she opened the gate she saw that her parents had come back early ji eh aj da para si oh questions dekhde ha first question yaar her parents had gone to a here the parents kithe gaye si options are party office movie market te para de vich assi dekhya hai ke her parents had gone to a party ਸਰਗਿ ਸਡਾ ਸਹੀ ਆਨਸਰ ਕੀ ਹੋਏਗਾ ਏ অপਸ਼ਨ 파ਟ 2 ਨੈਕਸਟ ਕੁਐਸਚਨ ਹੈ ਰੀਆ ਵਾਸ ਡੈਸ਼ অপਸ਼ਨਜ਼ ਵਾਚਿੰਗ ਟੀਵੀ ਪਲੇਇੰਗ ਫੁੱਟਬਾਲ ਰੀਡਿੰਗ ਅ ਬੁੱਕ ਕੁਕਿੰਗ ਫੂਡ ਤੇ ਰੀਆ ਕੀ ਕਰ ਰਹੀ ਸੀ ਪੈਰੈਂਟਸ ਪੈਰੈਂਟਸ ਦੇ ਜਾਣ ਤੋਂ ਬਾਅਦ ਸਾਨੂੰ ਪੈਰੇ ਵੀ ਦਿੱਤਾ ਹੈ ਸ਼ੀ ਵਾਸ ਰੀਡਿੰਗ ਅ ਬੁੱਕ ਸੀ অপਸ਼ਨ ਸਡਾ ਸਹੀ ਆਨਸਰ ਹੋਏਗਾ ਨੈਕਸਟ ਹੈ ਦ ਡੋਰ ਬੈਲ ਵਾਸ ਰੰਗ ਬਾਈ ਆਪਸ਼ਨਸ ਆ ਰੀਅਸ ਬ੍ਰਦਰ ਰੀਅਸ ਪੇਰੈਂਟਸ ਰੀਅਸ ਟੀਚਰ ਰੀਅਸ ਸਿਸਟਰ ਤੇ ਡੋਰਬੈਲ ਕਿੰਨਾ ਨੇ ਵਜਾਈ ਸੀ ਰੀਆ ਦੇ ਪੇਰੈਂਟਸ ਨੇ ਸੀ ਆਪਸ਼ਨ ਸਾਡਾ ਸਹੀ ਆਨਸਰ ਹੋਏਗਾ ਨੈਕਸਟ ਕੁਐਸਚਨ ਹੈ ਚੂਸ ਦਾ ਆਪੋਜ਼ਿਟ ਆਫ अर्ਲੀ अर्ਲੀ ਦਾ ਆਪੋਜ਼ਿਟ ਦੇਖਣਾ ਹੈ ਅਸੀਂ ਆਪਸ਼ਨਸ ਦੇ ਵਿੱਚ ਸਾਨੂੰ ਉੱਤੇ ਗਿਆ ਆਊਟ ਐਮਪਟੀ ਲੇਟ ਨੀਅਰ ਅਰਲੀ ਦਾ ਆਪੋਜ਼ਿਟ ਅਰਲੀ ਦਾ ਮਤਲਬ ਹੁੰਦਾ ਹੈ ਜੀ ਸਵਕਤ ਤੇ ਫਿਰ ਇਹਦਾ ਆਪੋਜ਼ਿਟ ਕੀ ਹੋਏਗਾ ਲੇਟ ਸੀ ਆਪਸ਼ਨ ਸਾਡਾ ਸਹੀ ਆਨਸਰ ਹੋਏਗਾ ਨੈਕਸਟ ਹੈ ਚੂਜ਼ ਦਾ ਨਾਉਨ ਆਪਸ਼ਨਸ ਦੇ ਵਿੱਚੋਂ ਸਾਨੂੰ ਤਾਇਆ 올ਡ ਹਰਡ ਗੇਟ ਸਲੋਲੀ ਤੇ ਇਹਨਾਂ ਦੇ ਵਿੱਚੋਂ ਨਾਉਨ ਵਰਡ ਹੈਗਾ ਹੈ ਗੇਟ ਸੀ ਆਪਸ਼ਨ ਸਾਡਾ ਸਹੀ ਆਨਸਰ ਹੈ ਅਕੇ ਸਾਡੇ ਕੋਲ ਹਿੰਦੀ ਵਿਸ਼ੇ ਦਾ ਪੈਰਾ ਤਿਆਰ ਹੈ ਅਤੇ ਨਾਲ ਹੀ ਦੇ ਕੁਐਸਚਨਸ ਦਿੱਤੇ ਗਏ ਆ। ਵੀਡੀਓ ਨੂੰ ਸਟਾਪ ਕਰਕੇ ਤੁਸੀਂ ਇਸ ਪੈਰੇ ਨੂੰ ਪੜ੍ਹਨਾ ਹੈ ਜੇ ਨਹੀਂ ਪੜਿਆ ਹੋਇਆ ਪੀਡੀਐਫ ਫਾਈਲ ਦੇ ਵਿੱਚ ਤੇ ਫਿਰ ਕੁਐਸਚਨਸ ਨੂੰ ਦੇਖਣਾ ਹੈ। ਪਹਿਲਾ ਪ੍ਰਸ਼ਨ ਹੈ ਉਪਰੋਕਤ دیے ਗਏ ਪੈਰੇ का उपयुक्त शीर्षक क्या होगा? ਆਪਸ਼ਨਸ ਹੈ ధਵਨੀ ਪ੍ਰਦੂਸ਼ਣ, ਜਲ ਪ੍ਰਦੂਸ਼ਣ, ਹਵਾ ਪ੍ਰਦੂਸ਼ਣ, ਭੂਮੀ ਪ੍ਰਦੂਸ਼ਣ ਤੇ ਪੈਰੇ ਦੇ ਵਿੱਚ ਜਲ ਪ੍ਰਦੂਸ਼ਣ ਦੇ ਬਾਰੇ ਗੱਲ ਕੀਤੀ ਗਈ ਸੀ। ਇਸ ਕਰਕੇ ਸਾਡਾ ਸਹੀ ਆਨਸਰ ਕੀ ਹੋਏਗਾ? सेकंड ऑप्शन जल प्रदूषण नेक्स्ट क्वेश्चन है गाठ बांधना से क्या भाव है ऑप्शंस हमेशा याद न रखना गाठ को बांधना हमेशा याद रखना धागा बांधना तो गाठ बांधना मतलब होंगे जी हमेशा याद रखना थर्ड ऑप्शन सही आंसर है ਨੈਕਸਟ ਹੈ ਨਿਮਨਲਿਖਤ ਮੇਂ ਸੇ ਕੌਨਸੇ ਸ਼ਬਦ ਮੇਂ ਸੰਯੁਕਤ ਅੱਖਰ ਕਾ ਪ੍ਰਯੋਗ ਨਹੀਂ ਹੋਆ ਹੈ ਜਿਸ ਸੰਯੁਕਤ ਅੱਖਰ ਦਾ ਪ੍ਰਯੋਗ ਨਹੀਂ ਹੋਇਆ ਉਹ ਵਰਡ ਸਿਲ ਦੇਖਣਾ ਹੈ ਆਪਸ਼ਨਸ ਦੇ ਵਿੱਚ ਸਾਨੂੰ ਭਿੰਨ ਜਾਨਵਰੋਂ ਮੁੱਖਿਆ ਮਨੁष्यਏ ਇਹ ਆਪਸ਼ਨ ਦਿੱਤੇ ਗਏ ਤੇ ਜੋ ਆਨਸਰ ਸਾਡਾ ਹੋਏਗਾ ਉਹ ਹੋਏਗਾ ਸੈਕੰਡ ਆਪਸ਼ਨ ਜਾਨਵਰੋਂ ਇਹਦੇ ਵਿੱਚ ਕਿਸੇ ਵੀ ਅਧੇ ਅੱਖਰ ਦਾ ਪ੍ਰਯੋਗ ਨਹੀਂ ਕੀਤਾ ਗਿਆ ਨੈਕਸਟ ਹੈ ਜਿਸ ਪ੍ਰਕਾਰ ਜੀਵਨ ਕਾ ਸਬੰਧ ਮਰਤਿਉ ਸੇ ਹੈ ਵੈਸੇ ਹੀ ਹਾਨਿਕਾਰਕ ਸ ਹਾਨਿਕਾਰਕ ਕਾ ਸਬੰਧ ਕਿਸ ਸੇ ਹੋਗਾ जी जीवन का मृत्यु विलोम शब्द बन रहा है विपरीतार्थक शब्द तो हानिकारक का विपरीतार्थक शब्द की होएगा वो देखना है असी ऑप्शन या दुखदायक विनाशकारी बुरा लाभदायक आंसर होएगा फोर्थ ऑप्शन लाभदायक <coughs> सॉरी निम्नलिखित में से कौन सा शब्द जल का समानार्थ वाला शब्द नहीं है ऑप्शन भी अंबू ਪਾਣੀ ਸਰਿਤਾ ਇਹ অপਸ਼ਨ ਦਿੱਤੇ ਗਏ ਆ ਤੇ ਜਲ ਦਾ ਸਮਾਨਾਰਥਕ ਸ਼ਬਦ ਇਹ ਜੋ ਪਹਿਲੇ ਤਿੰਨੇ অপਸ਼ਨ ਆਏ ਜਲਦੇ ਸਮਾਨਾਰਥਕ ਸ਼ਬਦ ਇਹ ਚੌਥਾ অপਸ਼ਨ ਸਰਿਤਾ ਇਹ ਜਲ ਦਾ ਸਮਾਨਾਰਥਕ ਸ਼ਬਦ ਨਹੀਂ ਆ ਨਦੀ ਨੂੰ ਸਰਿਤਾ ਕਿਹਾ ਜਾਂਦਾ ਹੈ ਅੱਗੇ ਸਾਡੇ ਕੋਲ ਵਾਤਾਵਰਣ ਵਿਸ਼ੇ ਦੇ ਕੁਐਸਚਨਸ ਆ ਪਹਿਲਾ ਕੁਐਸਚਨ ਦੇਖਦੇ ਆ ਪਾਣੀ ਦੀ ਵਰਤੋਂ ਸੰਬੰਧੀ ਕਿਹੜਾ ਕਥਨ ਗਲਤ ਹੈ অপਸ਼ਨ ਹੈ ਨਹਾਉਣ ਲਈ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਸਹੀ ਆਪਸ਼ਨ ਨੈਕਸਟ ਦੇ ਕਪੜੇ ਧੋਣ ਲਈ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਵੀ ਸਹੀ ਹੈ ਖਾਣਾ ਬਣਾਉਣ ਲਈ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਵੀ ਸਹੀ ਹੈ ਪਾਣੀ ਦੀ ਵਰਤੋਂ ਵਾਹਨਾਂ ਵਿੱਚ ਬਾਲਣ ਦੇ ਤੌਰ ਤੇ ਕੀਤੀ ਜਾਂਦੀ ਹੈ ਇਹ ਆਪਸ਼ਨ ਗਲਤ ਹੈ ਤੇ ਅਸੀਂ ਗਲਤ ਕਥਨ ਨਹੀਂ ਲੱਭਣਾ ਸੀ फोर्थ ਆਪਸ਼ਨ ਸਾਡਾ ਸਹੀ ਆਨਸਰ ਹੈ ਇਸ ਕੁਐਸਚਨ ਦਾ ਨੈਕਸਟ ਕੁਐਸਚਨ ਹੈ ਬਰਫ਼ਬਾਰੀ ਆਮ ਤੌਰ ਤੇ ਹੁੰਦੀ ਹੈ ਆਪਸ਼ਨ ਦਿੱਤੇ ਗਏ ਆ ਰੇਤਲੇ ਖੇਤਰਾ ਵਿੱਚ ਪਹਾੜੀ ਖੇਤਰਾ ਵਿੱਚ ਗਰਮ ਖੇਤਰਾ ਵਿੱਚ ਇਹਨਾਂ ਵਿੱਚੋਂ ਕਿਤੇ ਵੀ ਨਹੀਂ ਤੇ برفਬਾਰੀ ਉੱਚੇ ਪਹਾੜਾਂ ਤੇ ਦੇਖਣ ਨੂੰ ਮਿਲਦੀ ਹੈ ਇਸ ਕਰਕੇ ਸਾਡਾ ਸਹੀ ਆਨਸਰ ਕੀ ਹੋਏਗਾ ਸੈਕੰਡ ਆਪਸ਼ਨ ਪਹਾੜੀ ਖੇਤਰਾ ਵਿੱਚ ਨੈਕਸਟ ਹੈ ਜਿਹੜੇ ਜਾਨਵਰ ਕਿਸੇ ਵੀ ਅਣਜਾਣ ਚੀਜ਼ ਜਾਂមនុស្ស ਨੂੰ ਦੇਖਦੇ ਹਨ ਦੌੜ ਜਾਂਦੇ ਹਨ ਉਹਨਾਂ ਨੂੰ ਕੀ ਕਹਿੰਦੇ ਹਨ ਆਪਸ਼ਨ ਸੰਕੋਚੀ ਜਾਨਵਰ ਹੁਸ਼ਿਆਰ ਜਾਨਵਰ ਚਲਾਕ ਜਾਨਵਰ ਫਰਤੀਲੇ ਜਾਨਵਰ ਤੇ ਅਜਿਹੇ ਜਾਨਵਰ ਨੂੰ ਕਿਹਾ ਜਾਂਦਾ ਹੈ ਸੰਕੋਚੀ ਜਾਨਵਰ ਫਸਟ ਆਪਸ਼ਨ ਸਾਡਾ ਸਹੀ ਆਨਸਰ ਹੈ ਨੈਕਸਟ ਸਟੈਪ ਪੌਦੇ ਦਾ ਕਿਹੜਾ ਭਾਗ ਪੌਦੇ ਦੀ ਜ਼ਮੀਨ ਵਿੱਚ ਪਕੜ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ অপਸ਼ਨਸ ਤਣਾ ਟਾਹਣੀਆਂ ਜੜਾਂ ਛਿੱਲ ਤੇ ਪੌਦੇ ਦੀ ਪਕੜ ਨੂੰ ਮਜ਼ਬੂਤ ਕਰਨ ਦੇ ਲਈ ਜੜਾਂ ਮਦਦ ਕਰਦੀਆਂ ਇਸ ਕਰਕੇ 3rd ਆਪਸ਼ਨ ਸਾਡਾ ਸਹੀ ਆਨਸਰ ਹੋਏਗਾ 5th ਕੁਐਸਚਨ ਹੈ ਹੇਠ ਲਿਖਿਆਂ ਵਿੱਚ ਕਿਹੜੀ ਗਤੀਵਿਧੀ ਦਾ ਸਬੰਧ ਫਸਲਾਂ ਨਾਲ ਨਹੀਂ ਹੈ অপਸ਼ਨਸ ਬਿਜਾਈ ਕਰਨਾ ਮੰਡੀ ਲੈ ਕੇ ਜਾਣਾ ਖਾਦਾਂ ਦੀ ਵਰਤੋਂ ਕਰਨਾ ਭੋਜਨ ਤਿਆਰ ਕਰਨਾ ਤੇ ਫਸਲਾਂ ਦੀ ਤਿਆਰੀ ਦੇ ਨਾਲ ਇਹਦਾ 4th ਆਪਸ਼ਨ ਜੋ ਹੈ ਭੋਜਨ ਤਿਆਰ ਕਰਨਾ ਇਹਦਾ ਕੋਈ ਸਬੰਧ ਨਹੀਂ ਹੈ ਬਾਕੀ ਤਿੰਨੇ ਕਿਰਿਆਵਾਂ ਫਸਲਾਂ ਦੇ ਨਾਲ ਸੰਬੰਧਿਤ ਆ ਇਹ ਸਾਡੀ ਅੱਜ ਦੀ ਅਭਿਆਸ ਸ਼ੀਟ ਸੀ ਤੁਸੀਂ ਜ਼ਰੂਰ ਇਹਨਾਂ ਦੀ ਪ੍ਰੈਕਟਿਸ ਕਰਿਆ ਕਰੋ ਥੈਂਕ ਯੂ ਐਂਡ ਨਾਈਸ ਡੇ